ਛੱਡ ਕੇ ਆ ਰਹੇ ਸੀਗੇ ਉੱਥੋਂ ਦਿੱਲੀ ਤੋਂ, ਉਹਨਾਂ ਦੀ ਫਲਾਈਟ ਸੀਗੀ ਕਿਉਂਕਿ 27th ਨੂੰ ਵਰੁਣ ਗੁਪਤਾ ਜੀ ਦੀ ਛੋਟੀ ਸਿਸਟਰ ਦੀ ਡੈਥ ਹੋ ਗਈ ਸੀ, ਉਹਨਾਂ ਦੇ ਬ੍ਰਦਰ ਉਹਦੇ ਵਾਸਤੇ ਆਏ ਹੋਏ ਸੀਗੇ, ਉਹ ਛੱਡ ਕੇ ਉਹਨਾਂ ਨੂੰ ਆ ਰਹੇ ਸੀਗੇ ਏਅਰਪੋਰਟ ਤੋਂ, ਨਾਲ ਫਾਦਰ ਸਾਹਿਬ ਵੀ ਸੀਗੇ। ਰਸਤੇ 'ਚ ਇਹਨੇ ਇੱਕ ਜਗ੍ਹਾ 'ਤੇ ਰੁਕ ਕੇ ਇਹਨਾਂ ਨਾਲ ਗੁੰਡਾਗਰਦੀ ਕੀਤੀ ਕਿ ਤੇਰੇ 'ਤੇ ਪਰਚੇ ਪਾਉਣੇ ਨੇ। ਇਹਨੇ ਹੋਰ ਵੀ ਬਹੁਤ ਜ਼ਿਆਦਾ ਗੁੰਡਾਗਰਦੀਆਂ ਕੀਤੀਆਂ ਨੇ ਔਰ ਨਜਾਇਜ਼ ਇੰਨਾ ਮਾਰਿਆ, ਨਜਾਇਜ਼ ਬਿਨਾਂ ਕੁਛ ਪੁੱਛੇ ਬਿਨਾਂ ਕੁਛ ਦੱਸੇ ਫੋਨ ਖੋਲਿਆ ਪਹਿਲੇ, ਫਿਰ ਇੰਨਾ ਕੁ ਕੁੱਟਿਆ ਉਹਨਾਂ ਨੂੰ, ਸਾਰੇ ਨਿਸ਼ਾਨ ਇੰਨੇ ਹਲੇ ਤੱਕ ਪਏ, ਕੰਨ 'ਚੋਂ ਸੁਣਨਾ ਬੰਦ ਹੋਇਆ ਹੋਇਆ, ਨਜਾਇਜ਼ ਇੰਨੀ ਗੁੰਡਾਗਰਦੀ ਚੱਲਦੀ ਪਈ ਹੈ। ਹਰਬੰਸ ਸਿੰਘ SHO ਉਹਨੂੰ ਬੁਲਾਓ, ਉਹਦੇ 'ਤੇ FIR ਕਰੋ, ਡਿਸਮਿਸ ਕਰੋ, ਉਹਨੂੰ ਸਸਪੈਂਡ ਕਰੋ, ਉਹਨੂੰ ਡਿਸਮਿਸ ਕਰੋ। ਉਹਦੇ 'ਤੇ ਕੋਈ ਅਸੀਂ ਕੰਪਰੋਮਾਈਜ਼ ਨਹੀਂ ਕਰਨਾ। ਮਾਰਨ ਦਾ ਕੀ ਮਤਲਬ ਹੈ? ਤੁਸੀਂ ਪੁਲਿਸ ਹੋ, ਰੱਬ ਤਾਂ ਨਹੀਂ ਹੈਗੇ? ਬਿਨਾਂ ਤੁਸੀਂ ਪੁੱਛੇ ਬਿਨਾਂ ਕੁਝ ਕੀਤੇ ਤੁਸੀਂ ਕੁੱਟਣ ਲੱਗ ਗਏ ਬੰਦੇ ਨੂੰ। ਕੋਈ ਅਸੀਂ ਇੱਥੇ ਧਰਨਾ ਲਾ ਕੇ ਬੈਠੇ ਹਾਂ, ਉਹ ਮੰਗ ਮੰਨੀ ਪੈਣੀ ਹੈ ਸਾਨੂੰ। ਇੰਨੇ ਕੁ ਸਵੇਰ ਦੇ ਫੋਨ ਆ ਚੁੱਕੇ ਨੇ, ਜੇਲ੍ਹਾਂ 'ਚੋਂ ਫੋਨ ਆ ਚੁੱਕੇ ਨੇ, ਬਾਹਰੋਂ ਹੋਰ ਫੋਨ, ਇੰਨੇ ਨਜਾਇਜ਼ ਇੰਨੇ ਪਰਚੇ ਕੀਤੇ ਹੋਏ, ਸਾਰਿਆਂ ਦੇ ਘਰ ਦੇ ਇੱਥੇ ਆ ਰਹੇ ਨੇ ਉਹਨਾਂ ਦੇ ਪੇਪਰ ਲੈ ਕੇ। ਕਰਪਟ ਬੰਦਾ ਇੱਕ ਨੰਬਰ ਦਾ, ਇੰਨੇ ਇੰਨਾ ਕੁ ਮਚਾਇਆ ਹੋਇਆ, ਆਤੰਕ ਮਚਾਇਆ ਹੋਇਆ, ਉਤਰਨਾ ਚਾਹੀਦਾ। 20 ਤਰੀਕ ਰਾਤ ਨੂੰ 11:45 'ਤੇ ਮੇਰੇ ਬ੍ਰਦਰ ਦੀ ਫਲਾਈਟ ਸੀ ਮੈਲਬੋਰਨ ਵਾਸਤੇ, ਅਤੇ ਮੈਂ ਉਹਨੂੰ ਛੱਡ ਕੇ ਵਾਪਸ ਆ ਰਿਹਾ, ਵਾਂ ਅਤੇ ਉਸ ਬੰਦੇ ਨੇ ਮੇਰੇ ਮਗਰ ਮੰਜੀ ਸਾਹਿਬ ਗੁਰਦੁਆਰਾ ਹੈ ਖੰਨੇ ਕੋਲ, ਉੱਥੇ ਮੇਰੇ ਮਗਰ ਗੱਡੀ ਲੱਗ ਗਈ 1:20, ਮੈਂ 112 ਨੰਬਰ 'ਤੇ ਕਾਲ ਕੀਤੀ, ਉਹਦਾ ਰੈਫਰੈਂਸ ਨੰਬਰ ਮੇਰੇ ਕੋਲ ਆ ਗਿਆ ਕਿ ਸਰ ਮੇਰੇ ਪਿੱਛੇ ਇੱਕ ਆਈਡੈਂਟੀਫਾਈਡ ਗੱਡੀ ਮੇਰੇ ਮਗਰ ਲੱਗ ਗਈ ਹੈ, ਮੈਂ ਕਾਈਂਡਲੀ ਮੈਨੂੰ ਮੇਰੀ ਸੇਫ ਕੀਤਾ ਜਾਵੇ। ਅਸੀਂ ਉੱਥੇ ਚਾਹ ਪੀਣ ਰੁਕੇ, ਉਸ ਤੋਂ ਬਾਅਦ ਅਸੀਂ ਗਾਹਾਂ ਚੱਲੇ ਹਾਂ, ਅਸੀਂ ਅੱਗੇ ਨਿਕਲੇ ਹਾਂ ਤਾਂ ਉੱਥੇ ਪੈਟਰੋਲ ਪੰਪ 'ਤੇ ਡਰਾਈਵਰ ਕਹਿੰਦਾ ਭਾਈ ਮੈਂ ਤੇਲ ਵੀ ਪਵਾ ਲਾਂ, ਉਹਨੇ ਤੇਲ ਪਵਾਇਆ। ਉੱਥੇ I20 ਗੱਡੀ ਇੱਕ ਖੜੀ ਸੀ, 4 ਬੰਦੇ ਸੀ ਉਹਦੇ 'ਚ, ਉਹਨਾਂ ਬੰਦਿਆਂ ਨੇ ਸਾਡੇ ਵੱਲ ਦੇਖਿਆ, ਉਹਨਾਂ ਨੇ ਤੇਲ ਪਵਾਇਆ, ਨਿਕਲ ਗਏ। ਅਸੀਂ ਆਪਣੀ ਗੱਡੀ ਫਿਰ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਕੱਢੀ ਹੈ, ਸਾਡੇ ਮੂਹਰੇ ਆ ਕੇ ਗੱਡੀ ਲਾਤੀ, ਮੈਂ ਅਤੇ ਡਰਾਈਵਰ, ਅਸੀਂ ਦੋਨੋਂ ਡਰ ਗਏ। ਅਸੀਂ ਨਾਲ ਦੀ ਨਾਲ ਉੱਥੇ ਇੱਕ ਸੇਠੀ ਢਾਬਾ ਸੀ ਉਹਦੇ ਪ੍ਰੈਮਿਸਿਸ 'ਚ ਜਾ ਕੇ ਗੱਡੀ ਲਾਤੀ, ਉਹਨਾਂ ਨੂੰ ਜਾ ਕੇ ਦੱਸਿਆ ਕਿ ਯਾਰ ਸਾਡੇ ਮਗਰ ਇੱਕ ਗੱਡੀ ਲੱਗੀ ਹੋਈ ਹੈ, ਸਾਨੂੰ ਬਚਾਓ। ਤਾਂ ਇਹਨੇ ਨੂੰ ਉਹ ਗੱਡੀ ਨੇ ਚਾਰ ਪੰਜ ਗੇੜੇ ਉੱਥੇ ਮਾਰੇ। ਉਸ ਤੋਂ ਬਾਅਦ ਉਹ ਗੱਡੀ ਆਈ, ਉਸ ਤੋਂ ਬਾਅਦ ਇੱਕ ਗੱਡੀ ਹੋਰ ਆਈ, ਉਹ ਜਿਹੜੀ ਦੂਜੀ ਗੱਡੀ ਆਈ ਉਹਦੇ 'ਚੋਂ SHO ਹਰਬੰਸ ਸਿੰਘ, ਉਹਦੇ ਨਾਲ ਇੱਕ ਬੰਦਾ ਜਿਹੜਾ ਸੀ ਪੁਲਿਸ ਦੀ ਵਰਦੀ 'ਚ ਨਹੀਂ ਸੀ, ਹਰਬੰਸ ਸਿੰਘ ਵੀ ਪੁਲਿਸ ਦੀ ਵਰਦੀ 'ਚ ਨਹੀਂ ਸੀ, ਅਤੇ 2 ਬੰਦੇ ਸੀਗੇ ਜਿਹੜੇ ਖਾਕੀ ਡਰੈਸ 'ਚ ਸੀਗੇ, ਆਪਣੀ ਵਰਦੀ 'ਚ ਸੀਗੇ। ਇਹਨੇ ਆਉਂਦੇ ਹੀ ਮੈਨੂੰ ਕਿਹਾ, ਮੈਂ ਕਿਹਾ ਸਰ ਮੈਂ ਕੰਪਲੇਨਟ ਹਾਂ, ਮੈਂ 112 'ਤੇ ਕੰਪਲੇਂਟ। ਕਹਿੰਦਾ ਕਿਹੜੀ ਕੰਪਲੇਂਟ? ਮੇਰਾ ਫੋਨ ਖੋਲਿਆ। ਮੈਂ ਕਿਹਾ ਸਰ ਮੈਂ ਵਕੀਲ ਹਾਂ, ਮੇਰਾ ਫੋਨ ਨਾ ਖੋਵੋ, ਮੈਂ ਪ੍ਰੈਕਟਿਸ ਕਰਦਾ ਲੁਧਿਆਣੇ, 736 ਨੰਬਰ ਮੇਰਾ ਚੈਂਬਰ ਹੈ। ਇਹਨੇ ਬੰਦੇ ਨੇ ਜੀ ਰੱਖ ਦੀ 10 ਤੋਂ 12 ਚਪੇੜਾ ਪੱਲਾਂ ਮਾਰੀਆਂ, ਫਿਰ 2-3 ਚਪੇੜਾ ਉਸ ਤੋਂ ਬਾਅਦ ਮਾਰੀਆਂ ਮੇਰੇ। ਇਹਨੂੰ ਮੈਂ ਕਿਹਾ ਸਰ ਮੇਰੇ ਸਿਸਟਰ ਦੀ ਡੈਥ 27 ਤਰੀਕ ਨੂੰ ਹੋਈ ਹੈ ਜਨਵਰੀ ਨੂੰ, ਮੇਰਾ ਸਟੇਟ ਆਫ ਮਾਇੰਡ ਉਹਨਾਂ ਵਧੀਆ ਨਹੀਂ ਹੈਗਾ, ਕਾਈਂਡਲੀ ਮੈਂ ਕੁਛ ਇੱਦਾਂ ਨਾ ਕਰ ਲਾ। ਇਹ ਬੰਦਾ ਨਹੀਂ ਮੰਨਿਆ, ਕਹਿੰਦਾ ਤੇਰੇ ਖਿਲਾਫ਼ ਤਾਂ ਕਹਿੰਦਾ ਮੈਂ NDPS ਦਾ ਪਰਚਾ ਦੇਤਾ, ਕਹਿੰਦਾ ਤੇਰੇ ਨਾਲ ਕੌਣ ਆ? ਮੈਂ ਕਿਹਾ ਸਰ ਮੇਰੇ ਫਾਦਰ ਸਾਹਿਬ ਨੇ ਗੱਡੀ 'ਚ ਪਏ ਹੋਏ ਆ, ਕੈਥੇਟਰ ਉਹਨਾਂ ਨੇ ਲੱਗਿਆ ਹੋਇਆ, ਪੈਰਾਲਿਸਿਸ ਦੇ ਪੇਸ਼ੈਂਟ ਨੇ, ਇਹਨੇ ਸਾਲੇ ਨੇ ਨਾ, ਸੋਰੀ, ਇਹਨੇ ਜਾ ਕੇ ਗੱਡੀ ਦੇ ਟਾਕੀ ਖੋਲ੍ਹ ਕੇ ਉਹਨਾਂ ਨੂੰ ਕਾਲਰ ਤੋਂ ਫੜ ਕੇ, ਉਹਨੇ ਦੇਖਿਆ ਉਹਦਾ ਕੈਰੈਕਟਰ ਲੱਗਿਆ ਹੋਇਆ, ਉਹਨੇ ਕਹਿੰਦੇ ਤੇਰੇ ਮੁੰਡੇ 'ਤੇ ਤਾਂ ਮੈਂ NDPS ਦਾ ਪਰਚਾ ਦੇਤਾ। ਕਹਿੰਦਾ ਹੁਣ ਦੱਸ ਤੇਰੇ ਨਾਲ ਬੰਦੇ ਕਿਹੜੇ ਨੇ। ਉਸ ਤੋਂ ਬਾਅਦ ਇਹਨੇ ਮੇਰਾ ਫੋਨ ਚੈੱਕ ਕੀਤਾ, ਜਦੋਂ ਇਹਨੂੰ ਲੱਗ ਗਿਆ ਨਾ ਕਿ ਇਹਨੇ ਕੁਛ ਨਹੀਂ ਕੀਤਾ ਮੁੰਡੇ ਨੇ, ਫਿਰ ਇਹਨੇ ਇਹਨੂੰ ਰੈਪਿਡ ਫੋਰਸ ਆ ਗਈ 112 ਵਾਲੀ, ਉਹ ਕਹਿੰਦੇ ਸਰ ਇਹਨਾਂ ਨੇ ਤਾਂ ਫੋਨ ਕੀਤਾ ਸੀ, ਉਦੋਂ ਉਹਨੂੰ ਪਤਾ ਲੱਗ ਗਿਆ ਕਿ ਇਹ ਮੁੰਡਾ ਯਾਰ ਗਲਤ ਮੁੰਡਾ ਕੁੱਟਤਾ ਆਪਾਂ। ਮੈਨੂੰ ਕਹਿੰਦਾ ਟੇਬਲ 'ਤੇ ਬਿਠਾਉਂਦਾ ਵਾ, ਆਪਣੀ ਗੰਨ ਮੇਰੇ ਇੱਥੇ ਰੱਖਦਾ, ਕਹਿੰਦਾ ਵਾਪਸ ਲੈਣਾ ਜਾਂ ਪਾਵਾਂ ਚਿੱਟਾ। ਉਹਦੇ ਵਿੱਚ ਮੈਨੂੰ ਕਹਿੰਦਾ ਮਿਸਅੰਡਰਸਟੈਂਡਿੰਗ ਕਹਿ ਕੇ ਨਾ ਆਪਣੀ ਦਰਖਾਸਤ ਵਾਪਸ ਲੈ, ਮਿਸਅੰਡਰਸਟੈਂਡਿੰਗ ਕਹਿ ਕੇ ਦਰਖਾਸਤ ਵਾਪਸ ਲੈ। ਉਸ ਤੋਂ ਬਾਅਦ ਮੈਨੂੰ ਕਹਿ ਰਿਹਾ ਕਾਕਾ ਮਾਇੰਡ ਨਾ ਕਰੀ ਯਾਰ, ਕੀ ਮਾਇੰਡ ਨਾ, ਤੂੰ ਕਿਸੇ ਆਮ ਪਬਲਿਕ ਨੂੰ ਵੀ ਮਾਰੇਗਾ, ਕਿਸੇ ਨੂੰ ਮਾਰੇਗਾ, ਮਾਇੰਡ ਨਾ ਕਰੀਏ ਅਸੀਂ? ਇੱਕ ਮੇਰਾ ਰਾਈਟ ਨਹੀਂ ਹੈ ਕਿਆ? ਪੁਲਿਸ ਤੋਂ ਪੁੱਛਣਾ ਰਾਈਟ ਨਹੀਂ ਹੈ ਕਿਸੇ ਬੰਦੇ ਨੂੰ ਤੁਸੀਂ ਇੰਟਰੋਗੇਟ ਕਰਨ ਲੱਗੇ ਹੋ? ਉਹਦਾ ਮੈਂ ਮੰਗ ਕਰਦਾ ਜੀ, ਇੱਕ ਤਾਂ ਇਹਨੂੰ ਤਾਂ ਇਹਦੀ ਉਹ ਜਿਹੜੀ ਟੀਮ ਸੀ ਉਹਨਾਂ ਨੂੰ ਪਹਿਲਾਂ ਤਾਂ ਡਿਸਮਿਸ ਕੀਤਾ ਜਾਵੇ, ਉਸ ਤੋਂ ਬਾਅਦ ਉਸ ਟੀਮ ਨੇ ਅਤੇ ਹਰਬੰਸ ਸਿੰਘ ਨੇ ਜਿੰਨੇ ਪਰਚੇ ਕੀਤੇ ਨੇ ਉਹਨਾਂ ਦੇ ਹਾਈਕੋਰਟ ਦੇ ਜੱਜ ਤੋਂ ਇਨਕੁਆਇਰੀ ਕਰਾਈ ਜਾਵੇ ਕਿ ਕਿਆ ਇਹਨੇ ਕਿਤੇ ਨਜਾਇਜ਼ ਬੱਚੇ ਤਾਂ ਨਹੀਂ ਫਸਾਤੇ। ਮੇਰੀ ਮੰਗ ਸਿਰਫ ਪ੍ਰਸ਼ਾਸਨ ਤੋਂ, ਪੁਲਿਸ ਡਿਪਾਰਟਮੈਂਟ ਤੋਂ ਇਹੀ ਆ, ਇਹੋ ਜਿਹੇ ਅਫਸਰ ਨੂੰ ਡਿਪਾਰਟਮੈਂਟ 'ਚ ਨਹੀਂ ਹੋਣਾ ਚਾਹੀਦਾ। ਮੇਰੇ ਬ੍ਰਦਰ ਨੇ ਵੀ NRI ਸੈੱਲ 'ਚ ਕੰਪਲੇਂਟ ਕੀਤੀ ਆ, PMO ਆਫਿਸ ਕੰਪਲੇਂਟ ਕੀਤੀ ਹੋਈ ਆ, NRI ਸੈੱਲ 'ਚ ਕੰਪਲੇਂਟ ਚੱਲ ਰਹੀ ਆ, ADGP ਨੂੰ ਅਸੀਂ ਕੰਪਲੇਂਟ ਕੀਤੀ ਆ, ਵਿਜੀਲੈਂਸ ਨੂੰ ਅਸੀਂ, ADGP ਸਾਹਿਬ SDF ਨੂੰ ਕੀਤੀ ਆ। ਅੱਜ 3ਜਾ ਦਿਨ ਹੋ ਗਿਆ, ਤੁਸੀਂ ਦੇਖੋਗੇ ਆਹ ਨਿਸ਼ਾਨ ਹਲੇ ਤੱਕ ਨਹੀਂ ਗਿਆ।
ਤੀਜਾ ਦਿਨ ਹੋ ਗਿਆ, ਇਹਨੇ ਕਿੰਨੇ ਸਲੈਬਸ ਮਾਰੇ ਹੋਣੇ ਆ? ਜਦੋਂ ਬੰਦੇ ਦੋ ਚਾਰ ਸਲੈਬਸ ਪੈਂਦੇ ਆ ਜੀ, ਉਹਨੂੰ ਪਤਾ ਨਹੀਂ ਲੱਗਦਾ ਕੀ ਹੋ ਗਿਆ ਉਹਦੇ ਨਾਲ। ਯਾਨੀ ਕਿ ਸਲੈਬਾਂ 12-15 ਮੈਂ ਕਹਿੰਦਾ ਕਿ ਗਿਣਤੀ ਨਹੀਂ ਹੈ ਮੈਨੂੰ ਕਿੰਨੇ ਸਲੈਬਸ ਨੇ ਮੇਰੇ ਪੇ। ਮੈਂ ਸਿਰਫ ਮਾਹੀ ਮੰਗ ਕਰਦਾ ਹਾਂ ਪ੍ਰਸ਼ਾਸਨ ਨੂੰ ਕਿ ਇਹੋ ਜਿਹੇ ਅਫਸਰ ਹਰਬੰਸ ਸਿੰਘ ਜੀ ਉਹਦੇ ਨਾਲ ਦੇ, ਅਗਰ ਕੋਈ ਹੋਰ ਅਫਸਰ ਵੀ ਹੈਗੇ, ਮੈਂ ਉਹ ਜਿਹੜੇ ਪਰਿਵਾਰਾਂ ਨਾਲ ਇਹਨੇ ਧੱਕਾ ਕੀਤਾ ਉਹਨੂੰ ਵੀ ਰਿਕੁਐਸਟ ਕਰਦਾ, ਅਗਰ ਤੁਹਾਡੀ ਕੋਈ ਗ੍ਰੀਵੈਂਸ ਹੈ ਨਾ ਜੀ, ਤੁਸੀਂ ਮੇਰੇ ਕੋਲ ਆਓ, ਮੈਂ ਇਹਨੂੰ ਛੱਡਣਾ ਨਹੀਂ ਹੈਗਾ, ਮੈਂ ਇਹਨੂੰ ਛੱਡਣਾ ਨਹੀਂ ਹੈ। ਇਹਨੇ ਜੋ ਕੀਤਾ ਵਾ ਨਾ, ਇੱਕ ਸ਼ਰੀਫ ਜਿਹੇ ਬੰਦੇ ਨਾਲ, ਮੈਂ ਉਹ ਬੰਦਾ ਵਾਂ ਜਿਹੜਾ ਕਹਿੰਦਾ ਪੁਲਿਸ ਆ ਗਈ ਚਲੋ ਮੇਰੀ ਪ੍ਰੋਟੈਕਸ਼ਨ ਹੋ ਗਈ, ਪੁਲਿਸ ਆ ਗਈ ਮੇਰੀ ਪ੍ਰੋਟੈਕਸ਼ਨ ਹੋ ਗਈ। ਪਰ ਇਸ ਬੰਦੇ ਨੇ ਜਮਾ ਨਹੀਂ ਸੋਚਿਆ ਕਿ ਮੈਂ ਪ੍ਰਸ਼ਾਸਨ ਦੇ ਨਾਮ ਦੇ ਉੱਤੇ, ਪੁਲਿਸ ਦੇ ਨਾਮ ਦੇ ਉੱਤੇ ਧੱਬਾ ਵਾਂ। ਪੁਲਿਸ ਇੰਨਾ ਵਧੀਆ ਕੰਮ ਕਰਦੀ, ਪਰ ਇਹ ਬੰਦਾ ਪੁਲਿਸ ਦੇ ਨਾਮ 'ਤੇ ਵੀ ਧੱਬਾ ਵਾ। ਮੈਂ ਪੁਲਿਸ ਅਫਸਰਾਂ ਨੂੰ ਵੀ ਕਹਿ ਰਿਹਾ, ਇਹੋ ਜਿਹੇ ਬੰਦੇ ਨੂੰ ਆਪਣੇ ਡਿਪਾਰਟਮੈਂਟ 'ਚ ਨਾ ਰੱਖੋ, ਇਹਨੂੰ ਸੇਫ ਨਾ ਕਰੋ। ਇਹ ਮੇਰੇ ਪਿੱਛੇ ਨਹੀਂ ਆਏ ਵਕੀਲ, ਇਹ ਸਾਰੇ ਬੰਦੇ ਜਿਹੜੇ ਆਏ ਨੇ ਇਹ ਆਪਣੇ ਪਿੱਛੇ ਆਏ ਨੇ ਕਿ ਮੈਂ, ਅਸੀਂ ਵੀ ਆਮ ਬੰਦੇ ਵੀ ਹਾਂ, ਸਾਡੇ ਵੀ ਕਰ ਸਕਦੇ ਨੇ। ਕੋਈ ਕੋਈ ਭਾਵੇਂ ਜੁਡੀਸ਼ੀਅਲ ਪੋਸਟ 'ਤੇ ਹੋਵੇ, ਭਾਵੇਂ ਕਿਤੇ ਹੋਵੇ, ਕੋਈ ਪਿੰਡ ਦਾ ਬੰਦਾ ਹੋਵੇ, ਸ਼ਹਿਰ ਦਾ ਬੰਦਾ ਹੋਵੇ, ਉਹਦੇ ਉੱਤੇ ਤੁਸੀਂ ਇੱਦਾਂ ਦੇ ਕੰਮ ਕਰੋਗੇ? ਕੋਈ NRI ਨੇ ਜਿਹੜੇ ਮੇਰੇ ਭਰਾ, ਉਹਨਾਂ ਦੀ ਫੈਮਲੀਆਂ ਛੱਡ ਕੇ ਵਾਪਸ ਆਉਂਦੀਆਂ ਹੁਣ ਦਿੱਲੀ ਰੋਡ 'ਤੇ, ਹੈਂ, ਉਹਨਾਂ ਨੂੰ ਖੜਾ ਕੇ ਚਪੇੜਾ ਮਾਰ ਦੂ, ਉਹਨਾਂ ਦੇ ਚਿੱਟਿਆਂ ਦੇ ਪਰਚੇ ਪਾ ਦੂ, ਕਿਸੇ NRI ਭਰਾ ਦੇ ਰਿਸ਼ਤੇਦਾਰ ਦੇ ਇੱਦਾਂ ਦੀ ਗੱਲ ਹੋਈ ਹੈ, ਭਾਈ ਸਾਹਿਬ ਮੈਨੂੰ ਕੰਟੈਕਟ ਕਰੋ, ਮੈਨੂੰ ਕੰਟੈਕਟ ਕਰੋ। ਐਡਵੋਕੇਟ ਵਰੁਣ ਗਰਗ ਮੇਰੀ ਫੇਸਬੁੱਕ 'ਤੇ ID, ਮੈਨੂੰ ਕੰਟੈਕਟ ਕਰੋ। ਮੈਂ ਤਾਂ ਇਹ ਸੋਚ ਲਿਆ ਜੀ, ਮੈਂ ਆਪਣੀ, ਕਿਉਂਕਿ ਜੋ ਮੇਰੇ ਨਾਲ ਹੋਇਆ, ਇਹਨੇ ਪਹਿਲਾਂ ਉੱਥੇ ਢਾਬੇ 'ਤੇ ਕੁੱਟਿਆ, ਫਿਰ ਮੁੜ ਕੇ ਇਹਨੇ ਮੈਨੂੰ ਕਿਚਨ ਲਿਆ ਕੇ ਕੁੱਟਿਆ। ਹਰਬੰਸ, ਇਸ ਬੰਦੇ ਨੂੰ ਛੱਡਣਾ ਨਹੀਂ ਚਾਹੀਦਾ ਜੀ। ਇਹਨੇ ਮੈਨੂੰ ਆਹ ਵੀ ਪਤਾ ਲੱਗਿਆ, ਇਹਨੇ ਫਾਈਲ ਲਾਈ ਹੋਈ ਹੈ ਆਪਣੇ ਕੈਨੇਡਾ ਦੀ, ਇਹਨੇ ਕੈਨੇਡਾ ਭੇਜਣਾ ਵਾ, ਅੱਜ ਇਹਦਾ ਫੋਨ ਬੰਦ ਆ ਰਿਹਾ। ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ, ਇਹਦੀ ਫਟਾਫਟ ਇਹਦੇ ਉੱਤੇ FIR ਕਰਕੇ ਇਹਨੂੰ ਘੱਟੋ ਘੱਟ ਇਹਨੂੰ ਭੱਜਣ ਤੋਂ, ਐਸਕੇਪ ਕਰਨ ਤੋਂ ਬਚਾਇਆ ਤਾਂ ਜਾਵੇ ਕਿ ਇਹ ਪਤਾ ਤਾਂ ਲੱਗੇ ਇਹਨੇ ਕੀ ਗਲਤ ਕੀਤਾ। ਇਹਦੀ ਸੰਪਤੀ ਬਾਰੇ ਮੈਂ ਫਲਾਇੰਗ ਸਕੁਐਡ ਜਿਹੜੀ ਹੈਗੀ ਹੈ ਵਿਜੀਲੈਂਸ, ਉਹਨੂੰ ਵੀ ਮੈਂ ਕੱਲ੍ਹ ਕੰਪਲੇਂਟ ਪਾਈ ਆ, ਉਹਨਾਂ ਨੂੰ ਇਹਦੀਆਂ ਕੁਛ ਪ੍ਰੋਪਰਟੀ ਦੀ ਡਿਟੇਲਾਂ ਤਾਂ ਅਸੀਂ ਦਿੱਤੀਆਂ ਨੇ, ਬਾਕੀ ਅਗਰ ਕਿਸੇ ਹੋਰ ਮੇਰੇ ਵੀਰ ਨੂੰ ਪਤਾ ਇਹਦੀ ਡਿਟੇਲਾਂ ਉਹ ਮੈਨੂੰ ਦੱਸੋ, ਮੈਂ ਇਹਨੂੰ ਛੱਡਣਾ ਨਹੀਂ ਆ। ਮੈਂ ਇਹਦੇ ਮਗਰ ਲੱਗਿਆ ਹੋਇਆ ਹੁਣ, ਕਿਉਂਕਿ ਨਜਾਇਜ਼ ਕਿਸੇ ਨੂੰ ਨਾ ਮਾਰੋ ਜੀ, ਇਹ ਦੁੱਖ ਲੱਗ ਗਿਆ, ਇਹ ਆਮ ਪਬਲਿਕ ਨਾਲ ਵੀ ਕੀਤਾ ਹੋਣਾ, ਦੁੱਖ ਲੱਗ ਗਿਆ ਕਿ ਮੈਂ ਇਹਨੂੰ ਇਹ ਦੱਸਿਆ ਮੇਰੀ ਭੈਣ ਦੀ ਪਿੱਛੇ ਡੈਥ ਹੋਈ, ਮੇਰਾ ਸਟੇਟ ਆਫ ਮਾਇੰਡ ਉਹਨਾਂ ਸਹੀ ਨਹੀਂ ਹੈ, ਇਹਨੇ ਫਿਰ ਵੀ ਨਹੀਂ ਭਾਈ ਇਹਨੇ ਸੁਣੀ ਮੇਰੀ ਗੱਲ। ਕਾਈਂਡਲੀ ਮੈਂ ਰਿਕੁਐਸਟ ਕਰਦਾ ਮੇਰੇ ਮੀਡੀਆ ਦੇ ਭਰਾਵਾਂ ਨੂੰ ਵੀ, ਮੈਂ ਸਾਰਿਆਂ ਨੂੰ, ਮੇਰੇ ਬਾਹਰ ਨੇ ਮੇਰਾ ਇੰਨਾ ਸਪੋਰਟ ਕੀਤਾ, ਮੇਰੇ ਬਾਹਰ ਦੇ ਲੀਡਰ ਨੇ ਮੇਰਾ ਇੰਨਾ ਸਪੋਰਟ ਕੀਤਾ, ਇੰਨਾ ਮੈਨੂੰ ਪਿਆਰ ਦਿੱਤਾ, ਮੈਂ ਦੱਸ ਨਹੀਂ ਸਕਦਾ, ਕਿਉਂਕਿ ਬੇਟਾ ਤੇਰੇ ਨਾਲ ਨਹੀਂ ਹੋਇਆ, ਸਾਡੇ ਨਾਲ ਹੋਇਆ ਵਾ, ਤਾਂ ਹੀ ਕਰਕੇ ਇੰਨੀ ਪਬਲਿਕ ਖੜੀ ਹੈ, ਕਿਉਂਕਿ ਮੈਂ ਕਦੇ ਕਿਸੇ ਨਾਲ ਚੰਗੀ ਨਹੀਂ ਕੀਤੀ, ਕਿਸੇ ਨਾਲ ਮਾੜੀ ਨਹੀਂ ਕੀਤੀ। ਸਰ, ਮਿਤੀ 11 ਤਰੀਕ ਨੂੰ ਸਾਡੇ ਇੱਕ ਵਕੀਲ ਭਰਾ ਵਰੁਣ ਗੁਪਤਾ ਜੀ, ਜੋ ਕਿ ਸਾਡੀ ਬਾਰ ਦੇ ਪਹਿਲਾਂ ਵੀ ਫਾਈਨਾਂਸ ਸੈਕਟਰੀ ਰਹਿ ਚੁੱਕੇ ਨੇ, ਉਹਨਾਂ ਨਾਲ ਕੁਝ ਅਣਪਛਾਤਿਆਂ ਨੇ ਉਹਨਾਂ 'ਤੇ ਹਮਲਾ ਕੀਤਾ। ਮੰਜੀ ਸਾਹਿਬ ਗੁਰਦੁਆਰੇ ਸਾਹਿਬ ਦੇ ਕੋਲ ਇਹ ਘਟਨਾ ਵਾਪਰੀ ਹੈ। ਬਾਅਦ 'ਚ ਸਾਡੇ ਵਕੀਲ ਭਰਾ ਨੂੰ ਪਤਾ ਲੱਗਿਆ ਕਿ ਉਹ ਹਮਲਾ ਕਰਨ ਵਾਲਾ, ਕੁੱਟਣ ਵਾਲਾ ਬੰਦਾ ਹਰਬੰਸ ਸਿੰਘ ਸੀਗਾ, ਜਿਹਦੀ ਅੱਜ ਕੱਲ੍ਹ ਅਖਬਾਰਾਂ 'ਚ ਬੜੀ ਖਬਰਾਂ ਆਉਂਦੀਆਂ ਨੇ ਕਿ ਉਹ ਨਾਰਕੋਟਿਕਸ ਡਿਪਾਰਟਮੈਂਟ ਦਾ ਹੀਰੋ ਹੈ, ਪਰ ਉਹ ਹੀਰੋ ਨਹੀਂ ਹੈ। ਮੈਂ ਜਨਤਾ ਨੂੰ ਮੀਡੀਆ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ, ਉਹ 1 ਨੰਬਰ ਦਾ ਗੁੰਡਾ ਹੈ, ਸ਼ਰਾਰਤੀ ਅਨਸਰ ਹੈ। ਸਾਡੇ ਕੋਲ ਅੱਜ ਅਸੀਂ ਇਹ ਪ੍ਰੋਟੈਸਟ ਤਾਂ ਕਰ ਹੀ ਰਹੇ ਹਾਂ, ਅਤੇ ਪ੍ਰੋਟੈਸਟ ਜਿਵੇਂ ਜਿਵੇਂ ਅੱਗੇ ਵੱਧਦਾ ਜਾਏਗਾ, ਤੁਹਾਨੂੰ ਸਾਰਿਆਂ ਨੂੰ, ਜਨਤਾ ਨੂੰ ਮੀਡੀਆ ਦੇ ਮਾਧਿਅਮ ਨਾਲ ਉਹਦੀਆਂ ਕੀਤੀਆਂ ਹੋਈਆਂ ਕਾਲੀਆਂ ਕਰਤੂਤਾਂ ਦੀ ਜਾਣਕਾਰੀ ਵੀ ਵਕੀਲਾਂ ਦੇ ਮਾਧਿਅਮ ਨਾਲ ਮਿਲਦੀ ਰਹੂਗੀ। ਕੱਲ੍ਹ ਵੀ ਸਾਨੂੰ ਇੱਕ ਮਹਿਲਾ ਨੇ ਆ ਕੇ ਦੱਸਿਆ ਕਿ ਉਹਨੂੰ ਕਿੱਦਾਂ ਕੁੱਟਿਆ ਗਿਆ, ਉਹਦੇ ਘਰ ਵਾਲੇ 'ਤੇ, ਜੋ ਕਿ ਇੱਕ ਡਰਾਈਵਰੀ ਦਾ ਕੰਮ ਕਰਦਾ ਸੀ, ਉਹਦੇ 'ਤੇ ਕਿਵੇਂ ਨਜਾਇਜ਼ ਪਰਚਾ, ਡਰੱਗਸ ਉਹਦੇ ਉੱਤੇ ਪਾ ਕੇ ਉਹਦੇ 'ਤੇ ਨਜਾਇਜ਼ ਪਰਚਾ ਜਿਹੜਾ ਹੈ ਪਾਇਆ ਗਿਆ। ਇੱਦਾਂ ਦੇ ਕਈ ਕਿੱਸੇ ਹਰਬੰਸ ਸਿੰਘ ਦੇ ਜਿਹੜੇ ਆ ਹਰਬੰਸ ਸਿੰਘ ਵੱਲੋਂ ਕੀਤੇ ਗਏ ਆ, ਇੱਦਾਂ ਦੇ ਕਈ ਕਿੱਸੇ ਤੁਹਾਨੂੰ ਮੀਡੀਆ ਦੇ ਮਾਧਿਅਮ ਨਾਲ ਸਾਰੀ ਜਨਤਾ ਨੂੰ ਦੱਸਿਆ ਜਾਏਗਾ। ਅੱਜ ਅਸੀਂ ਚੱਕਾ ਜਾਮ ਕੀਤਾ, ਵਕੀਲ ਆ ਕਾਲਾ ਕੋਟ ਪਾਇਆ, ਅਸੀਂ ਇਸ ਚੀਜ਼ ਦੇ ਹੱਕ 'ਚ ਨਹੀਂ। ਅੱਜ 3 ਦਿਨ ਹੋ ਗਏ ਆ, ਅਸੀਂ ਕੁਛ ਨਹੀਂ ਮੰਗ ਕਰਦੇ, ਸਾਡੀ ਮੰਗ ਸਿਰਫ ਇੰਨੀ ਹੈ ਕਿ ਉਹਨੂੰ ਸਸਪੈਂਡ ਕਰਿਆ ਜਾਏ ਜਾਂ ਉਹਨੂੰ ਡਿਸਮਿਸ ਕਰਿਆ ਜਾਏ ਉਹਦੀ ਨੌਕਰੀ ਤੋਂ, ਅਤੇ ਇੱਕ FIR ਉਹਦੇ 'ਤੇ ਦਰਜ ਕੀਤੀ ਜਾਣੀ ਚਾਹੀਦੀ ਹੈ, ਜੋ ਕਿ ਇਹ ਸਾਡਾ ਨਾਰਾ ਸਿੱਧਾ ਜਾ, ਇਹ ਜੋ ਗੁੰਡਾਗਰਦੀ ਹੈ ਇਹਦੇ ਪਿੱਛੇ ਵਰਦੀ ਹੈ, ਇਸ ਵਰਦੀ ਨੂੰ ਉਹਦੀ ਨੂੰ ਜਦੋਂ ਤੱਕ ਲਹਾਵਾਂਗੇ ਨਹੀਂ, ਉਦੋਂ ਤੱਕ ਵਕੀਲ ਇੱਦਾਂ ਹੀ ਸੰਘਰਸ਼ ਕਰਦੇ ਰਹਾਂਗੇ। ਇਸ ਦੇਸ਼ ਦਾ ਇਤਿਹਾਸ ਰਿਹਾ ਕਿ ਇਸ ਦੇਸ਼ ਵਿੱਚ ਜਿੰਨੇ ਵੀ ਸੰਘਰਸ਼ ਹੋਏ ਉਹਨਾਂ ਨੂੰ, ਚਾਹੇ ਮਹਾਤਮਾ ਗਾਂਧੀ ਜੀ ਹੋਣ, ਉਹਨਾਂ ਨੂੰ ਲੀਡ ਕਰਨ ਵਾਲਾ ਇੱਕ ਵਕੀਲ ਹੀ ਸੀ, ਮਹਾਤਮਾ ਗਾਂਧੀ ਜੀ ਵੀ ਇੱਕ ਵਕੀਲ ਸੀਗੇ। ਇਸ ਸੰਘਰਸ਼ ਨੂੰ ਇੱਦਾਂ ਹੀ ਵਧਾਵਾਂਗੇ ਜਦੋਂ ਤੱਕ ਉਸ ਗੁੰਡੇ ਦੀ ਵਰਦੀ ਨਹੀਂ ਲੈ ਜਾਂਦੀ, ਜੋ ਗੁੰਡਾਗਰਦੀ ਆਪਣੀ ਵਰਦੀ ਦੇ ਪਿੱਛੇ ਲੁੱਕ ਕੇ ਕਰ ਰਿਹਾ, ਉਦੋਂ ਤੱਕ ਅਸੀਂ ਇੱਦਾਂ ਹੀ ਸੰਘਰਸ਼ ਕਰਦੇ ਰਹਾਂਗੇ, ਉਹਦੇ 'ਤੇ FIR ਦਰਜ ਕਰਾਵਾਂਗੇ, ਅਤੇ ਉਹਦੀ ਵਰਦੀ ਜਿਹੜੀ ਹੈ ਉਹ ਲਹਾ ਕੇ ਹਟਾਂਗੇ।
ਜਿਹੜਾ ਵਕੀਲ ਭਾਈ ਨਾਲ ਧੱਕਾ ਹੋਇਆ ਹੈ, ਇਹ ਪੁਲਿਸ ਵਾਲਿਆਂ ਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਵਕੀਲ ਨੇ, ਇਹ ਕਾਨੂੰਨ ਦੇ ਰਖਵਾਲੇ ਨੇ। ਤੁਸੀਂ ਆਮ ਜਨਤਾ ਨਾਲ ਧੱਕਾ ਕਰੋਗੇ ਤਾਂ ਵਕੀਲ ਆਮ ਜਨਤਾ ਲਈ ਖੜੇ ਹੈ, ਜੇ ਤੁਸੀਂ ਵਕੀਲਾਂ ਨਾਲ ਧੱਕਾ ਕਰੋਗੇ ਤਾਂ ਵਕੀਲ ਤੁਹਾਨੂੰ ਡਿਸਮਿਸ ਕਰਾਂਗੇ ਤੇ ਤੁਹਾਡੇ ਅਗੇਂਸਟ ਸਾਰੇ ਕਦਮ ਚੁੱਕਣਗੇ। ਵਕੀਲ ਏਕਤਾ ਜ਼ਿੰਦਾਬਾਦ, ਵਕੀਲ ਏਕਤਾ ਜ਼ਿੰਦਾਬਾਦ, ਵਕੀਲ ਏਕਤਾ।